ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਪੰਜਾਬ ਦੇ ਇੱਕ ਡਿਪਟੀ ਕਮਿਸ਼ਨਰ ਅਤੇ ਵਿਭਾਗ ਦੇ ਇੱਕ ਸਕੱਤਰ ਨੂੰ 1 ਲੱਖ ਰੁਪਏ ਦਾ ਜੁਰਮਾਨਾ ਕਰ ਦਿੱਤਾ ਹੈ ਮਾਮਲਾ ਗੁਰਦਾਸਪੁਰ ਦਾ ਔਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਪੰਜਾਬ ਸਰਕਾਰ ਦੇ ਟੈਕਨੋਲੋਜੀ ਅਤੇ ਵਾਤਾਵਰਣ ਵਿਭਾਗ ਦੇ ਸਕੱਤਰ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਸੋਲਿਡ ਵੈਸਟ ਦੇ ਚੱਲ ਰਹੇ ਇੱਕ ਮਾਮਲੇ ਵਿੱਚ ਪੇਸ਼ ਨਾ ਹੋਣ ਦੇ ਕਾਰਨ 1 ਗਲਾਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਮਾਮਲਾ ਦਿਨਾਨਗਰ ਦੇ ਸੁਨੀਲ ਦੱਤ ਨਾਮ ਦੇ ਇੱਕ ਵਿਅਕਤੀ ਵੱਲੋਂ ਨਗਰ ਕੌਂਸਲ ਦਿਨਾਨਗਰ ਖਿਲਾਫ ਕੂੜਾ ਪ੍ਰਬੰਧਨ ਬਾਰੇ ਲਗਾਈ ਗਈ ਇੱਕ ਪਟੀਸ਼ਨ ਸੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਕਹਿਣਾ ਹੈ ਕਿ ਨਾ ਪੇਸ਼ ਹੋਣ ਤੇ ਨਾ ਹੀ ਡਿਪਟੀ ਕਮਿਸ਼ਨਰ ਗਰਦਾਸਪੁਰ ਅਤੇ ਪੰਜਾਬ ਸਰਕਾਰ ਦੇ ਸਖਤਰ ਦੀ ਕਾਰਵਾਈ ਨੂੰ ਵਾਤਾਵਰਣ ਸੁਧਾਰ ਪੱਖੀ ਇੱਕ ਫੈਸਲੇ ਵਿੱਚ ਹੋਈ ਬਿਲੋੜੀ ਦੇਰੀ ਕਾਰਨ ਮੰਨਿਆ ਜਾਵੇਗਾ ਅਜਿਹੀ ਕਾਰਵਾਈ ਨੂੰ ਵਿੱਤੀ ਅਦਾਗੀ ਜਿਹੜੇ ਅਜਿਹੀ ਮਸਾਲੀ ਹੁਕਮਾਂ ਅਤੇ ਕਾਰਵਾਈ ਨਾਲ ਹੀ ਸੁਧਾਰਿਆ ਜਾ ਸਕਦਾ ਦਿਨਾਂ ਦੇ ਕਰ ਮ ਵਿਖੇ ਠੋਸ ਕੂੜਾ ਪ੍ਰਬੰਧਨ ਨਾ ਹੋਣ ਦਾ ਤੇ ਸ਼ਮਸ਼ਾਨ ਘਾਟ ਦੇ ਉਚਿਤ ਪ੍ਰਬੰਧਨ ਦੀ ਘਾਟ ਬਾਰੇ ਜਿਹੜੇ ਐਕਟਿਵਿਸਟ ਨੇ ਸੁਨੀਲ ਲੱਤਵਾਲੂ ਕੀਤੀ ਗਈ ਸ਼ਿਕਾਇਤ ਦੇ 5 ਅਕਤੂਬਰ 2023 ਤੋਂ ਚੱਲ ਰਹੇ ਮਾਮਲੇ ਵਿੱਚ ਹੁਕਮਾਂ ਰਾਹੀਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਬੰਧਤ ਵਿਭਾਗ ਦੇ ਸਕੱਤਰ ਨੂੰ ਨੋਟਿਸ ਜਾਰੀ ਕੀਤੇ ਸਨ ਅਤੇ ਇੱਕ ਸੰਯੁਕਤ ਕਮੇਟੀ ਗਠਤ ਕਰਕੇ ਸ਼ਿਕਾਇਤਕਰਤਾ ਵੱਲੋਂ ਪੇਸ਼ ਕੀਤੇ ਗਏ ਤੱਥਾਂ ਦੀ ਸਥਿਤੀ ਦੀ ਪੁਸ਼ਟੀ ਕਰਕੇ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦੀ ਵੀ ਇੱਕ ਸਾਂਝੀ ਰਿਪੋਰਟ ਪੇਸ਼ਵਾਸਕਿਆ ਸੀ ਸੰਯੁਕਤ ਕਮੇਟੀ ਦੀ ਰਿਪੋਰਟ ਮਿਤੀ 21 ਨਵੰਬਰ 2023 ਨੂੰ ਈਮੇਲ ਰਾਹੀਂ ਟਰਬੂਲੋ ਨੂੰ ਭੇਜ ਦਿੱਤੀ ਗਈ ਸੀ ਰਿਪੋਰਟ ਦੇ ਆਧਾਰ ਤੇ ਪੰਜਾਬ ਦੇ ਪ੍ਰਦੂਸ਼ਣ ਵਿਭਾਗ ਦਿਨਾਨਗਰ ਕਾਉਂਸਲ ਦੀ ਈਓ ਕਿਰਨ ਮਹਾਜਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਵਿਗਿਆਨ ਟੈਕਨੋਲੋਜੀ ਤੇ ਵਾਤਾਵਰਣ ਭਾਗ ਪੰਜਾਬ ਦੇ ਸੈਕਟਰੀ ਨੂੰ ਵੀ ਨੋਟਿਸ ਭੇਜੇਗੇ ਨੇ ਪੰਜਾਬ ਸਰਕਾਰ ਦੇ ਸਖਤਰ ਦੁਬਾਰਾ ਨਿਤੀ 23 ਨਵੰਬਰ 2023 ਨੂੰ ਈਮੇਲ ਰਾਹੀਂ ਇਸ ਦਾ ਇੱਕ ਛੋਟਾ ਜਿਹਾ ਜਵਾਬ ਹੀ ਦਿੱਤਾ ਗਿਆ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਨਗਿੰਦਰ ਬੈਣੀਪਾਲ ਐਡਵੋਕੇਟ ਪੇਸ਼ ਹੋਏ ਕਿੰਨ ਮਹਾਜਨ ਅਧਿਕਾਰੀ ਕਾਰਜਕਾਰੀ ਅਧਿਕਾਰੀ ਐਮਸੀ ਆਫਿਸ ਦੀ ਦਿਨਾਨਗਰ ਵੀਡੀਓ ਕਾਨਫਰੈਂਸ ਰਾਈ ਟ੍ਰਿਬਿਊਨਲ ਅੱਗੇ ਪੇਸ਼ ਹੋਏ ਨੇ ਪਰ ਪੰਜਾਬ ਰਾਜ ਵਿਗਿਆਨ ਟੈਕਨੋਲੋਜੀ ਤੇ ਵਾਤਾਵਰਨ ਉਭਾਗ ਦੀ ਤਰਫੋਂ ਅਤੇ ਜ਼ਿਲ੍ਹਾ ਮੈਸਟਰੇਟ ਗੁਰਦਾਸਪੁਰ ਵੱਲੋਂ ਕੋਈ ਵੀ ਪੇਸ਼ ਨਹੀਂ ਹੋਇਆ। ਟ੍ਰਿਬਿਊਨਲ ਵੱਲੋਂ ਇਹ ਮਾਮਲਾ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਅਤੇ ਪੰਜਾਬ ਦੇ ਮੁਖ ਸਕੱਤਰ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਤੇ ਸਬੰਧਤ ਅਧਿਕਾਰੀਆਂ ਨੂੰ ਜਦੋਂ ਕਦੇ ਉਹਨਾਂ ਨੂੰ ਲੋਡ ਹੋਵੇ ਤਾਂ ਪੇਸ਼ ਹੋਣ ਜਾਂ ਆਪਣਾ ਜਵਾਬ ਪੇਸ਼ ਕਰਦੇਗਾ ਹਦਾਇਤਾਂ ਜਾਰੀ ਕਰਨ ਬਾਰੇ ਵੀ ਆਖਿਆ ਗਿਆ। ਨੋਟਿਸ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਕਿਹਾ ਗਿਆ ਕਿ ਸੈਕਟਰੀ ਵਿਗਿਆਨ ਟੈਕਨੋਲੋਜੀ ਤੇ ਵਾਤਾਵਰਨ ਨੂੰ ਅਤੇ ਜ਼ਿਲ੍ਹਾ ਮੈਸਕਰੇਟ ਗੁਰਦਾਸਪੁਰ ਦਾ ਅੱਜ ਪੇਸ਼ ਨਾ ਹੋਣਾ ਇਸ ਕੇਸ ਵਿੱਚ ਸ਼ਾਮਲ ਵਾਤਾਵਰਨ ਮੁੱਦਿਆਂ ਲਈ ਬਲੂੜੀ ਵਿਵਸਥਾ ਦੇ ਟੁਕਮੇ ਹਲ ਵਿੱਚ ਦੇਰੀ ਮੰਨੀ ਜਾ ਰਹੀ ਹੈ ਇਸੇ ਤਰ੍ਹਾਂ ਦੀ ਜਾਣਬੁੱਝ ਕੇ ਪੇਸ਼ ਨਾ ਹੋਣ ਦੀ ਬਲੂੜੀ ਮੁੱਲਤਵੀ ਕਰਨ ਦੀ ਕਾਰਵਾਈ ਨੂੰ ਮਿਸਾਲੀ ਖਰਚਾ ਲਾਗੂ ਕਰਨ ਵਾਲੇ ਆਦੇਸ਼ਾਂ ਦੁਆਰਾ ਹੀ ਸੁਧਾਰਿਆ ਜਾ ਸਕਦਾ ਇਹਨਾਂ ਤੱਥਾਂ ਦੇ ਮੱਦੇਨਜ਼ਰ ਪੰਜਾਬ ਵਿਗਿਆਨ ਟੈਕਨੋਲੋਜੀ ਅਤੇ ਵਾਤਾਵਰਨ ਵਿਭਾਗ ਦੇ ਸਖਤਰ ਅਤੇ ਉੱਤਰਦਾਇਕ ਜ਼ਿਲ੍ਹਾ ਮੈਸਟਰੇਟ ਗਰਦਾਸਪੁਰ ਨੂੰ 1-1 ਲੱਖ ਰੁਪਏ ਦੇ ਭਗਤਾਨ ਦੇ ਹੁਕਮਾਂ ਨਾਲ ਕੇਸ ਦੀ ਸੁਣਵਾਈ 20 ਮਾਰਚ 2024 ਨੂੰ ਮੁਲਤਵੀ ਕਰ ਦਿੱਤੀ ਗਿਆ। ਇਹ ਪੈਸੇ ਗ੍ਰੀਨ ਟ੍ਰਿਬਿਊਨਲ ਬਾਹਰ ਐਸੋਸੀਏਸ਼ਨ ਦੇ ਪ੍ਰਿੰਸੀਪਲ ਨਵੀਂ ਦਿੱਲੀ ਕੋਲ ਜਮ੍ਹਾਂ ਕਰਵਾਏ ਜਾਣਗੇ। ਇਸ ਤਰ੍ਹਾਂ ਜਮ੍ਹਾਂ ਕੀਤੀ ਗਈ ਲਾਗਤ ਦੀ ਵਰਤੋਂ ਬਿਨੇਕਾਰਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਅਤੇ ਕੇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦੇ ਸਹੂਲਤਾਂ ਪੈਦਾ ਕਰਨ ਲਈ ਕੀਤੀ ਜਾਵੇਗੀ। ਜੋ ਕਿਸੇ ਵਕੀਲ ਰਾਹੀਂ ਇਸ ਟ੍ਰਿਬਿਊਨਲ ਦੇ ਸਾਹਮਣੇ ਪੇਸ਼ ਨਹੀਂ ਹੋ ਸਕਦੇ ਫਿਲਹਾਲ ਇਹ ਹੁਕਮਾਂ ਵਿੱਚ ਇਹ ਸਪਸ਼ਟ ਤੌਰ ਤੇ ਨਹੀਂ ਲਿਖਿਆ ਗਿਆ ਕਿ ਕੀ ਇਹ ਜਿਹੜਾ 1-1 ਲੱਖ ਰੁਪਏ ਦਾ ਪਖਤਾਨ ਨੇ ਅਧਿਕਾਰੀਆਂ ਨੇ ਆਪਣੀ ਜੇਬ ਚੋਂ ਦੇਣਾ ਜਾਂ ਫਿਰ ਕਿਸੇ ਸਰਕਾਰੀ ਖਾਤੇ ਚੋਂ ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸ਼੍ਰੀਮਤੀ ਕਿਰਨ ਮਹਾਜਨ ਕਾਰਜਕਾਰੀ ਅਧਿਕਾਰੀ ਨਗਰ ਕੌਂਸਲ ਦੀਨਾ ਨਗਰ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੇ ਠੋਸ ਕੂੜਾ ਪ੍ਰਬੰਧਨ ਤੇ ਮਿਊਨਿਸਪਲ ਸੋਲਿਡ ਵੇਸਟ ਨਿਜ਼ਮਾ 2016 ਤੇ ਲਾਗੂ ਹੋਣ ਵਾਲੇ ਹੋਰ ਵਾਤਾਵਰਨ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦਾ ਭਰੋਸਾ ਦਿੱਤਾ। ਟ੍ਰਿਬਿਊਨਲ ਵੱਲੋਂ ਕਾਰਜਕਾਰੀ ਅਧਿਕਾਰੀ ਦਿਨਨਗਰ ਨੂੰ 2 ਮਹੀਨਿਆਂ ਦੇ ਵਿੱਚ ਵਿੱਚ ਈਮੇਲ ਰਾਹੀਂ ਠੋਸ ਕੂੜਾ ਪ੍ਰਬੰਧਨ ਬਾਰੇ ਕੀਤੀ ਗਈ ਆਪਣੀ ਕਾਰਵਾਈ ਦਾ ਜਵਾਬ ਦਾਇਰ ਕਰਨ ਦੇ ਵੀ ਨਿਰਦੇਸ਼ ਦਿੱਤੇ ਨੇ। ਇਹ ਜਿਹੜੀ ਖਬਰ ਗਰਦਾਸਪੁਰ ਤੋਂ ਸਾਡੇ ਰਿਪੋਰਟਰ ਰੋਹਿਤ ਗੁਪਤਾ ਹੌਨਾਂ ਵੱਲ ਦੱਸਿਗੇ ਜਿਸ ਵਿੱਚ ਉਹਨਾਂ ਜ਼ਿਕਰ ਕੀਤਾ ਗਿਆ ਕਿ ਨੈਸ਼ਨਲ ਗ੍ਰੀ ਟ੍ਰਿਬਿਊਨਲ ਵੱਲੋਂ ਮਾਮਲਾ ਕੂੜਾ ਪ੍ਰਬੰਧਨ ਦੇ ਚੱਲਦਿਆਂ ਜਿਹੜੀ ਆ ਜਵਾਬਦੇਹੀ ਨਹੀਂ ਯਕੀਨੀ ਬਣਾਈ ਗਈ ਜਿਸ ਦੇ ਚੱਲਦੇ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਪੰਜਾਬ ਸਰਕਾਰ ਦੇ ਸਬੰਧਤ ਵਿਭਾਗ ਦੇ ਸਕੱਤਰ ਨੂੰ 1-1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਫਿਲਹਾਲ ਇਸ ਜਾਣਕਾਰੀ ਦਿਨਾਲ ਧਰਤੋਲੇ ਨੇ ਆਗਿਆ ਦੇਖਦੇ ਰੋ ABC ਪੰਜਾਬ ਧੰਨਵਾਦ